ਸਵਾਗਤ ਕਰੀਏ ਜੀ ਅਤੇ ਪ੍ਰੋਗਰਾਮ ਕਰੀਏ, ਆਓ ਹੱਸੀਏ। ਇੱਕ ਔਰਤ ਡਾਕਟਰ ਨੂੰ ਕਹਿੰਦੀ ਹੈ ਕਿ ਇਹ ਸਾਰੀ ਰਾਤ ਨੀਂਦ ਵਿੱਚ ਮੇਰਾ ਨਾਂ ਲੈ ਕੇ ਮੈਨੂੰ ਬੁਲਾਉਂਦੇ ਰਹਿੰਦੇ, ਇਹ ਸਾਰੀ ਰਾਤ ਨੀਂਦ ਵਿੱਚ ਮੇਰਾ ਨਾਂ ਲੈ ਕੇ ਮੈਨੂੰ ਬੁਲਾਉਂਦੇ ਰਹਿੰਦੇ ਨੇ, ਪਲੀਜ਼ 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 ਕੋਈ ਇਹਨਾਂ ਨੂੰ ਦਵਾਈ ਦਿਓ ਕਿ ਇਹ ਇੰਜ ਨਾ ਕਰਿਆ ਕਰਨ। ਅਤੇ ਡਾਕਟਰ ਕਹਿਣ ਲੱਗਿਆ ਕਿ ਮੈਡਮ, ਤੁਸੀਂ ਤਾਂ ਬੜੇ ਲੱਕੀ ਹੋ ਵੀ ਇਹ ਤੁਹਾਨੂੰ ਇੰਨਾ ਪਿਆਰ ਕਰਦੇ ਨੇ ਅਤੇ ਇਹ ਤੁਹਾਨੂੰ ਨੀਂਦ ਵਿੱਚ ਤੁਹਾਡਾ ਨਾਂ ਲੈ ਕੇ ਤੁਹਾਨੂੰ ਬੁਲਾਉਂਦੇ ਨੇ। ਅਤੇ ਉਹ ਕਹਿਣ ਲੱਗੀ ਔਰਤ ਕਿ ਡਾਕਟਰ ਸਾਹਿਬ, ਮੈਂ ਜਾਣਦੀ ਹਾਂ ਮੈਨੂੰ ਬਹੁਤ ਪਿਆਰ ਕਰਦੇ ਨੇ, ਪਰ ਤੁਸੀਂ ਮੇਰੀ ਪ੍ਰੋਬਲਮ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਕੱਲ ਇਹਨਾਂ ਦੀ ਪਤਨੀ ਪੇਕੇ ਤੋਂ ਆ ਰਹੀ ਹੈ। ਇੱਕ ਪਤਨੀ ਆਪਣੇ ਪਤੀ ਨੂੰ ਕਹਿੰਦੀ ਕਿ ਸਾਡੇ ਪਿੰਡ ਵਿੱਚ ਸਭ ਤੋਂ ਪਹਿਲਾਂ 24 ਘੰਟੇ ਚੱਲਣ ਵਾਲਾ ਰੇਡੀਓ ਮੇਰੇ ਬਾਪ ਨੇ ਲਿਆਂਦਾ। ਸਾਡੇ ਪਿੰਡ ਵਿੱਚ 24 ਘੰਟੇ ਚੱਲਣ ਵਾਲਾ ਰੇਡੀਓ ਪਹਿਲੀ ਵਾਰੀ ਮੇਰੇ ਬਾਪ ਨੇ ਲਿਆਂਦਾ ਸੀ। ਤਾਂ ਪਤੀ ਕਹਿਣ ਲੱਗਿਆ, ਤੈਨੂੰ ਨਾ ਆਪਣੀ ਮਾਂ ਬਾਰੇ ਇਹ ਨਹੀਂ ਕਹਿਣਾ ਚਾਹੀਦਾ। ਇਹ ਹੁਣੇ ਵਿਆਹ ਦੀਆਂ ਗੱਲਾਂ ਹੋ ਰਹੀਆਂ ਸੀ, ਵਿਆਹ ਅਤੇ ਉਹ ਫਿਰ ਵਿਆਹ ਤੋਂ ਬਾਅਦ ਕੀ ਹੁੰਦਾ ਸਾਰੇ ਜਾਣਦੇ ਨੇ ਵੀ ਹੁੰਦਾ ਤਾਂ ਇਸ ਤਰ੍ਹਾਂ ਕਿ ਜਦੋਂ ਵਿਆਹ ਹੁੰਦਾ ਅਤੇ ਮੁੰਡੇ ਨੂੰ ਲਾੜਾ ਕਹਿੰਦੇ ਨੇ, ਕੁੜੀ ਨੂੰ ਲਾੜੀ ਕਹਿੰਦੇ ਨੇ, ਅਤੇ ਦੋਵਾਂ ਦੀ ਇਕੁਏਸ਼ਨ ਜੇ ਕਰੋ ਤਾਂ ਉਹ ਲੜਾਈ ਬਣਦੀ, ਲਾੜਾ ਪਲੱਸ ਲਾੜੀ ਇਜ਼ ਇਕੁਅਲ ਟੂ ਲੜਾਈ। ਪਰ ਇਹ ਸਿਰਫ ਸਾਡੇ ਵਿੱਚ ਹੀ ਨਹੀਂ ਹੈਗਾ। ਇੱਕ ਕੋਇਲ ਕਾਂ ਨੂੰ ਕਹਿੰਦੀ, ਤੂੰ ਵਿਆਹ ਕਿਉਂ ਨਹੀਂ ਕਰਾ ਲੈਂਦਾ? ਕਾਂ ਕਹਿੰਦਾ, ਪਹਿਲਾਂ ਹੀ ਘਰ ਵਿੱਚ ਬਥੇਰੀ ਕਾਂ ਕਾਂ। ਇੱਕ ਚਿੜੀ ਨੇ ਚਿੜੇ ਨਾਲ ਵਿਆਹ ਕਰਾ ਲਿਆ ਤੇ ਘਰ ਦਾ ਮਾਹੌਲ ਚਿੜਚਿੜਾ ਹੋ ਗਿਆ। ਇਹ ਸਿੱਧੀ ਜੀ ਗੱਲ ਹੁੰਦੀ ਹੈ ਵੀ ਜਿਵੇਂ ਨਾ ਹੁਣ ਵਿਆਹ ਦੀਆਂ ਗੱਲਾਂ ਹੋ ਰਹੀਆਂ ਨੇ ਤੇ ਉਹ ਆਮ ਤੌਰ 'ਤੇ ਇਹ ਕਹਿੰਦੇ ਵੀ ਜੇ ਤਾਂ ਘਰ ਦੇ ਉੱਤੇ ਲਿਖਿਆ ਹੋਵੇ ਨਾ ਹੋਮ ਸਵੀਟ ਹੋਮ ਤੇ ਉਹ ਕੁਵਾਰੇ ਦਾ ਘਰ, ਤੇ ਜੇ ਲਿਖਿਆ ਹੋਵੇ ਓਮ ਸ਼ਾਂਤੀ ਓਮ ਤਾਂ ਤੁਸੀਂ ਸਮਝ ਨਹੀਂ ਲਵੋ ਕਿਹਦਾ ਘਰ ਹੈਗਾ। ਤੇ ਉਹ ਕਹਿਣ ਲੱਗਿਆ, ਅਸਲ ਵਿੱਚ ਨਾ ਇੱਕ ਬੜੀ ਕਮਾਲ ਦੀ ਗੱਲ ਹੈਗੀ ਜੀ, ਲਿਸਨ ਤੇ ਸਾਇਲੈਂਟ, ਇਹ ਦੋ ਲਫ਼ਜ਼ ਨੇ, ਇਹਦੇ 'ਚ 7 ਐਲਫਾਬੈਟ ਆਉਂਦੇ ਨੇ, ਉਹ 7 ਇੱਕੋ ਜੇ ਔਰ ਉਹ ਸਾਰਾ ਐਪਲੀਕੇਬਲ ਹਸਬੈਂਡ ਦੇ ਹੋਗਾ, ਸਾਇਲੈਂਟ ਐਂਡ ਲਿਸਨ। ਇੱਕ ਔਰਤ ਕਹਿਣ ਲੱਗੀ, ਮੈਂ ਇਹਨਾਂ ਆਪਣੇ ਹਸਬੈਂਡ ਨੂੰ ਪੁੱਛਿਆ ਕਿ ਤੁਹਾਡੀ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ, ਬੋਲ ਨਹੀਂ ਰਹੇ, ਘੰਟੇ ਤੋਂ ਮੈਨੂੰ ਹੀ ਵੇਖੀ ਜਾ ਰਹੇ। ਤੇ ਹੁੰਦਾ ਇਹ ਹੈ ਕਿ ਆਮ ਤੌਰ ਤੇ ਮੈਰਿਜ ਜਿਵੇਂ ਹੈ ਨਾ, ਮੈਰਿਜ ਦਾ ਕਿਸੇ ਨੇ ਪੁੱਛਿਆ ਵੀ ਇਹ ਮੈਰਿਜ ਵਰਡ ਦਾ ਮੀਨਿੰਗ ਕੀ ਹੈ, ਉਹ ਕਹਿਣ ਲੱਗਿਆ, ਇਟ ਇਜ਼ ਨਾਟ ਏ ਵਰਡ,
ਇਟ ਇਜ਼ ਅ ਸੈਂਟੈਂਸ ਤੇ ਉਹ 20-25 ਸਾਲ ਦੇ ਮੈਰਿਜ ਐਨਵਰਸਰੀ ਸੀ ਤੇ ਉਹ ਮਨਾ ਰਿਹਾ ਸੀ ਤੇ ਔਰਤ ਕਹਿਣ ਲੱਗੀ 25 ਸਾਲ ਕਿਵੇਂ ਲੰਘ ਗਏ ਜੀ ਪਤਾ ਹੀ ਨਹੀਂ ਲੱਗਿਆ ਤੇ ਹਸਬੈਂਡ ਕਹਿੰਦਾ ਵਕਤ ਦਾ ਪਤਾ ਕੈਦੀ ਨੂੰ ਲੱਗਦਾ ਜੇਲਰ ਨੂੰ ਖੁਸ਼ ਰਹੋ ਖੁਸ਼ਹਾਲ ਰਹੋ ਹੱਸਦੇ ਰਹੋ